ਸੁਣਿਆ ਦਸਤਾਰ ਸਜਾਉਣਾ ਗੁਰੂਆਂ ਨੇ ਬਖਸ਼ੀ ਤੈਨੂੰ, ਕਈਆਂ ਦੇ ਸੀਸ ਲੱਥੇ ਨੇ, ਮਿਲ ਗਈ ਨਾ ਸਸਤੀ ਤੈਨੂੰ, ਇਹਨੂੰ ਕਦੇ ਬੰਨਦਿਆਂ ਬੰਨਦਿਆਂ ਗੱਲ ਤੂੰ ਵਿਚਾਰੀ ਆ, ਸੁਣਿਆ ਸਰਦਾਰਾ ਵੀ ਤੇਰੀ ਮਹਿੰਗੀ ਸਰਦਾਰੀ ਆ। ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਪੱਗ ਬੰਨਣੀ ਸਿੱਖਣੀ ਹੋਵੇ, ਦਮਾਲਾ ਸਿੱਖਣਾ ਹੋਵੇ, ਪਟਿਆਲਾ ਸਾਹੀ, ਮੋਰਨੀ, ਵਟਿਆਲੀ, ਕਿਸੇ ਦੀ ਵੀ ਤਰ੍ਹਾਂ ਦੀ ਪੱਗ ਸਿੱਖਣੀ ਹੋਵੇ, ਦਾਸ ਨਾਜਰ ਸੰਧੂ ਫ੍ਰੀ ਅਸੀਂ ਸੇਵਾ ਦਿੰਦੇ ਹਾਂ। ਸੋ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਪੱਗ ਬੰਨਣੀ ਸਿੱਖਣੀ ਆ ਤਾਂ ਸਿੱਖ ਮੋਟਰਸਾਈਕਲ ਕਲੱਬ ਫੰਟਾਰੀ ਨੂੰ ਕੰਟੈਕਟ ਕਰ ਸਕਦਾ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਪੱਗ ਦੀ ਦਸਤਾਰ ਦੀ ਵੱਖਰੀ ਸ਼ਾਨ ਹੁੰਦੀ ਹੈ ਅਤੇ ਜਦੋਂ ਕਿਸੇ ਨੇ ਦਸਤਾਰ ਸਿਰ ਦੇ ਉੱਤੇ ਸਜਾਈ ਹੁੰਦੀ ਹੈ ਤਾਂ ਉਹਦੀ ਪਹਿਚਾਣ ਵੀ ਦੂਰੋਂ ਹੀ ਹੋ ਜਾਂਦੀ ਹੈ ਕਿ ਇਹ ਬੰਦਾ ਪੰਜਾਬੀ ਹੈ। ਅਤੇ ਦਸਤਾਰ ਦੀ ਸਿਖਲਾਈ ਨੂੰ ਲੈ ਕੇ ਵੀ ਲਗਾਤਾਰ ਕੈਂਪ ਲਗਾਏ ਜਾਂਦੇ ਨੇ, ਨੌਜਵਾਨਾਂ ਨੂੰ, ਨਵੀਂ ਪੀੜ੍ਹੀ ਨੂੰ ਦਸਤਾਰ ਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਅਤੇ ਅਜਿਹਾ ਹੀ ਇੱਕ ਉਪਰਾਲਾ ਕੈਨੇਡਾ ਦੇ ਵਿੱਚ ਕੀਤਾ ਜਾ ਰਿਹਾ ਨਾਜਰ ਸਿੰਘ ਸੰਧੂ ਹੋਰਾਂ ਵੱਲੋਂ। ਉਹਨਾਂ ਦਾ ਇੱਕ ਕਲੱਬ ਹੈ, ਸਿੱਖ ਮੋਟਰਸਾਈਕਲ ਕਲੱਬ ਓਨਟਾਰੀਓ। ਇਹਦੇ ਵੱਲੋਂ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਦਸਤਾਰ ਸਜਾਉਣ ਦੀ ਸਿਖਲਾਈ ਦੇਣ ਦੇ ਲਈ ਲਗਾਤਾਰ ਕੈਂਪ ਲਗਾਏ ਜਾਂਦੇ ਨੇ। ਸੁਣਿਆ ਦਸਤਾਰ ਸਜਾਉਣਾ ਗੁਰੂਆਂ ਨੇ ਬਖਸ਼ੀ ਤੈਨੂੰ, ਕਈਆਂ ਦੇ ਸੀਸ ਲੱਥੇ ਨੇ, ਮਿਲ ਗਈ ਨਾ ਸਸਤੀ ਤੈਨੂੰ, ਇਹਨੂੰ ਕਦੇ ਬੰਨਦਿਆਂ ਬੰਨਦਿਆਂ ਗੱਲ ਤੂੰ ਵਿਚਾਰੀ ਹੈ, ਸੁਣਿਆ ਸਰਦਾਰਾ ਵੀ ਤੇਰੀ ਮਹਿੰਗੀ ਸਰਦਾਰੀ ਹੈ। ਸੋ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ ਆਲਮੋਸਟ ਪਿਛਲੇ ਇੱਕ ਦਹਾਕੇ ਤੋਂ ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਦੇ ਕੈਂਪ ਲਗਾ ਰਿਹਾ ਹੈ। ਸੈਚਰਡੇ ਦਾ ਕਲਾਸ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿੱਚ 1-3 ਹੁੰਦਾ, ਅਤੇ ਸੰਡੇ ਦਾ 3-5 ਗੁਰਦੁਆਰਾ ਦਸਮੇਹ ਦਰਬਾਰ ਵਿੱਚ ਲਗਾਤਾਰ ਇੱਥੇ 10 ਸਾਲ ਤੋਂ ਕਲਾਸਾਂ ਲੱਗ ਰਹੀਆਂ ਨੇ। ਸੋ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਪੱਗ ਬੰਨਣੀ ਸਿੱਖਣੀ ਹੋਵੇ, ਦਮਾਲਾ ਸਿੱਖਣਾ ਹੋਵੇ, ਪਟਿਆਲਾ ਸਾਹੀ, ਮੋਰਨੀ, ਵਟਿਆਲੀ, ਕਿਸੇ ਦੀ ਵੀ ਤਰ੍ਹਾਂ ਦੀ ਪੱਗ ਸਿੱਖਣੀ ਹੋਵੇ, ਦਾਸ ਨਾਜਰ ਸੰਧੂ ਫ੍ਰੀ ਅਸੀਂ ਸੇਵਾ ਦਿੰਦੇ ਹਾਂ। ਇੱਥੇ ਮੇਰੇ ਨਾਲ 5-6 ਟਰਬਨ ਕੋਚ ਵੀ ਹੁੰਦੇ ਆ, ਅਸੀਂ ਟਰਾਈ ਕਰਦੇ ਹਾਂ 1-to-1 ਦਸਤਾਰ ਦੀ ਕੋਚਿੰਗ ਦੇਣ ਦੀ। ਸੋ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਪੱਗ ਬੰਨਣੀ ਸਿੱਖਣੀ ਆ ਤਾਂ ਸਿੱਖ ਮੋਟਰਸਾਈਕਲ ਕਲੱਬ ਓਨਟਾਰੀਓ ਨੂੰ ਕੰਟੈਕਟ ਕਰ ਸਕਦਾ ਜਾਂ ਮੈਨੂੰ ਫੋਨ ਕਰ ਸਕਦਾ 6479-8-1-1000। ਜ਼ਿਕਰਯੋਗ ਹੈ ਕਿ ਦਸਤਾਰ ਬੰਨਣ ਦੀ ਸਿਖਲਾਈ ਨਾਜਰ ਸਿੰਘ ਸੰਧੂ ਅਤੇ ਉਹਨਾਂ ਦੀ ਟੀਮ ਵੱਲੋਂ ਮੁਫਤ ਦਿੱਤੀ ਜਾਂਦੀ ਹੈ। ਵੱਖ ਵੱਖ ਗੁਰੂ ਘਰਾਂ ਦੇ ਵਿੱਚ ਉਹ ਸਮੇਂ ਦੇ ਅਨੁਸਾਰ ਲਗਾਤਾਰ ਕੈਂਪ ਲਗਾਉਂਦੇ ਨੇ, ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਨੇ ਕਿ ਦਸਤਾਰ ਦਾ ਕੀ ਮਹੱਤਵ ਹੈ ਅਤੇ ਦਸਤਾਰ ਸਿਰ ਦੇ ਉੱਤੇ ਸਜਾਉਣੀ ਕਿਉਂ ਜ਼ਰੂਰੀ ਹੁੰਦੀ ਹੈ ਇਹਦੇ ਬਾਰੇ ਦੱਸਿਆ ਜਾਂਦਾ। ਇਸ ਤੋਂ ਇਲਾਵਾ ਉਹਨਾਂ ਕਿਹਾ ਹੈ ਕਿ ਦੁਮਾਲਾ ਅਤੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਪੱਗ ਦੇ ਰੂਪ ਹੁੰਦੇ ਨੇ, ਦਸਤਾਰ ਦੇ ਰੂਪ ਹੁੰਦੇ ਨੇ, ਉਹਨਾਂ ਬਾਰੇ ਵੀ ਦੱਸਿਆ ਜਾਂਦਾ ਹੈ ਅਤੇ ਉਹਨਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਨਾਜਰ ਸਿੰਘ ਸੰਧੂ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਕਾਬਲੇ ਤਾਰੀਫ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤ ਹੈ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀ ਦਸਤਾਰ ਬਾਰੇ ਦੱਸਣ ਦੀ, ਨੌਜਵਾਨਾਂ ਨੂੰ ਸਿੱਖੀ ਬਾਰੇ ਦੱਸਣ ਦੀ ਅਤੇ ਸਾਡੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਦੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦਵਾਜ, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5
ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।